ਚਲੋ ਜੀ ਅੱਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਦੋ ਮੁੱਦੇ, ਦੋ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇੱਕ 올림픽 ਖੇਡਾਂ ਬਾਰੇ 올림픽 ਖੇਡਾਂ ਦਾ ਇਤਿਹਾਸ ਕੀ ਹੈ, ਅੱਜ 올림픽 ਖੇਡਾਂ ਸ਼ੁਰੂ ਹੋ ਚੁੱਕੀਆਂ ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਦੂਜੀ ਗੱਲਬਾਤ ਦੋਸਤੋ ਕੋਵਿਡ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਜ 112 ਨਵੇਂ ਕੇਸ ਆਇਆ ਜਿਹੜੇ ਸੋਮਵਾਰ ਤੋਂ ਲੈ ਕੇ ਹੁਣ ਤੱਕ ਤਿੰਨ ਗੁਣਾ ਜ਼ਿਆਦਾ ਨੇ। ਤੇ ਇਹਦੇ ਬਾਰੇ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਅਸੀਂ ਡਾਕਟਰ ਪ੍ਰਕਾਸ਼ ਸਾਡਾ ਦਿਲ ਕਿਸ ਤਰ੍ਹਾਂ ਕੰਮ ਕਰਦਾ ਹਾਰਟ ਅਟੈਕ ਕਿਉਂ ਜ਼ਿਆਦਾ ਹੁੰਦੇ ਆ ਕੈਨੇਡਾ ਦੇ ਵਿੱਚ ਕੈਂਸਰ ਤੇ ਹਾਰਟ ਅਟੈਕ ਇਹਨਾਂ ਦੋਵਾਂ ਚੀਜ਼ਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਜਿੰਨੀਆਂ ਮੌਤਾਂ ਬਿਮਾਰੀਆਂ ਦੇ ਨਾਲ ਹੁੰਦੀਆਂ ਉਹਦੇ ਵਿੱਚੋਂ ਅਧੀਆਂ ਕੈਂਸਰ ਤੇ ਹਾਰਟ ਅਟੈਕ ਨਾਲ ਹੋ ਰਹੀਆਂ ਅੱਜ ਅਸੀਂ ਹਾਰਟ ਅਟੈਕ ਬਾਰੇ ਗੱਲਬਾਤ ਕਰਨੀ ਹੈ ਬੇਸਿਕਲੀ ਦਿਲ ਦਾ ਸਟਰਕਚਰ ਕੀ ਹੈ ਕੰਮ ਕਿਦਾਂ ਕਰਦਾ ਲਹੂ ਕਿੱਧਰੋਂ ਆਉਂਦਾ ਕਿੱਧਰ ਨੂੰ ਜਾਂਦਾ ਕਿੱਦਾਂ ਇਹਨੂੰ ਠੀਕ ਠਾਕ ਰੱਖਿਆ ਜਾ ਸਕਦਾ ਦੇਸੀ ਕਿਉਂ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਇਹ ਸਾਰੀਆਂ ਗੱਲਾਂਬਾਤ ਅੱਜ ਅਸੀਂ ਡਾਕਟਰ ਪਾਰਕਰ ਸਿੰਘ ਪੂਰਜੀ ਉਹ ਦੋਸ ਓਲੰਪਿਕ ਖੇਡਾਂ ਸ਼ੁਰੂ ਹੋ ਚੁੱਕੀਆਂ ਓਲੰਪਿਕ ਖੇਡਾਂ ਦੀ مشਾਲ ਜੁਨਾਨ ਤੋਂ ਜਾਪਾਨ یعنی ਕਿ ایتھنس ਤੋਂ ਟੋਕੀਓ ਪਹੁੰਚ ਚੁੱਕੀ ਹੈ 1896 ਤੋਂ ਲੈ ਕੇ 2021 ਤੱਕ ਸਵਾ 100 ਸਾਲਾਂ ਦੇ ਸਫ਼ਰ ਦੌਰਾਨ 28 ਵਾਰ ਓਲੰਪਿਕ ਖੇਡਾਂ ਹੋਈਆਂ ਆ ਕੱਲ ਓਲੰਪਿਕ ਖੇਡਾਂ ਦਾ ਜਸ਼ਨ ਇਨਾਗੂਰੇਸ਼ਨ ਜਿਹੜੀ ਆ ਪੂਰੀ ਦੁਨੀਆ ਨੇ ਦੇਖੀ ਹੈ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਸੀ ਬਿਨਾ ਦਰਸ਼ਕਾਂ ਤੋਂ ਖੇਡਾਂ ਹੋ ਰਹੀਆਂ ਵੱਖਰੀ ਤਰ੍ਹਾਂ ਦੀਆਂ ਪਹਿਲੀ ਵਾਰ ਆ ਪਿਛਲੀ ਵਾਰੀ ਇਹ ਹੋਣੀਆਂ ਸੀ ਪਰ ਨਹੀਂ ਹੋ ਸਕੀਆਂ ਜਿਹੜੀਆਂ ਕਿ 2020 ਤੋਂ ਲੈ ਕੇ 2021 ਵਿੱਚ ਹੋ ਰਹੀਆਂ ਪਹਿਲੀ ਤੇ ਦੂਜੀ ਸੰਸਾਰ ਜੰਗ ਦੇ ਵਿੱਚ ਤਿੰਨ ਵਾਰੇ ਖੇਡਾਂ ਨਹੀਂ ਸੀ ਹੋ ਸਕੀਆਂ 32ਵੀਂ 올림픽 ਖੇਡਾਂ ਜਿਹੜੀਆਂ ਪਿਛਲੇ ਸਾਲ ਜਦੋਂ ਮੈਂ ਜ਼ਿਕਰ ਕੀਤਾ 24 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਹੋਣੀਆਂ ਸੀ ਕੋਵਿਡ-19 ਆ ਗਿਆ ਮੁਲਤਵੀ ਹੋ ਗਈਆਂ ਹੁਣ ਇਹ 23 ਜੁਲਾਈ ਤੋਂ ਲੈ ਕੇ 8 ਅਗਸਤ ਤੱਕ ਜਾਪਾਨ ਦੇ ਸ਼ਹਿਰ ਟੋਕਿਓ ਦੇ ਵਿੱਚ ਹੋ ਰਹੀਆਂ ਆ ਤੇ ਕੋਵਿਡ ਦੀ ਸੁਰੱਖਿਆ ਰੱਖਦੇ ਹਾਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਅਗਲੇ 3 ਹਫ਼ਤੇ ਵਿਸ਼ਵ ਦਾ ਸਾਰਾ ਮੀਡੀਆ ਸਾਰੀ ਦੁਨੀਆ ਦਾ ਧਿਆਨ ਟੋਕਿਓ ਦੀਆਂ ਇਹਨਾਂ 올림픽 ਦੇ ਉੱਤੇ ਟਿਕੀਆਂ ਰਹਿਣੀਆਂ ਨੇ ਇੱਕ ਸਵਾਲ ਪੈਦਾ ਹੁੰਦਾ ਹਾਲਾਂਕਿ ਅਸੀਂ ਸਾਰਾ ਕੁਝ ਦੇਖਣਾ ਅਮਰੀਕਾ ਮੈਡਲ ਟੈਲੀ ਦੇ ਵਿੱਚ ਸਭ ਤੋਂ ਉੱਤੇ ਰਹਿੰਦਾ ਆ ਗ੍ਰੇਟ ਬ੍ਰਿਟਨ ਦੂਜੇ ਨੰਬਰ ਦੇ ਉੱਤੇ ਆਉਂਦਾ ਆ ਫਿਰ ਤੀਜੇ ਨੰਬਰ ਦੇ ਉੱਤੇ ਜਿਹੜਾ ਚੀਨ ਆ ਤੇ ਬਾਕੀ ਦੇਸ਼ ਆਉਂਦੇ ਆ ਕੈਨੇਡਾ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਪਾਰਟਿਸਿਪੇਟ ਕਰ ਰਹੀਆਂ ਨੇ ਬਹੁਤ ਸਾਰੀਆਂ ਆਸਤਾਨ ਇਹਨਾਂ ਤੋਂ ਸਵਾਲ ਪੈਦਾ ਹੁੰਦਾ ਕਿ 올림픽 ਜਿਹੜੀਆਂ ਇਹ ਖੇਡਾਂ ਸੀ ਸ਼ੁਰੂ ਕਿੱਦਾਂ ਹੋਈਆਂ ਪ੍ਰਿੰਸੀਪਲ ਸਰਵਰ ਸਿੰਘ ਹੁਣ ਦਾ ਇੱਕ ਬਹੁਤ ਚੰਗਾ ਆਰਟੀਕਲ ਹੈ ਦੇ ਉੱਤੇ ਜਿਹਦੇ ਵਿੱਚ ਉਹ ਇਹ ਸਾਰੇ ਡਾਟੇ ਨੂੰ ਇਕੱਠਾ ਕਰਕੇ ਦੱਸ ਦਿਆ ਕਿ ਜਿਹੜੀਆਂ ਪ੍ਰਾਤਨ 올림픽 ਖੇਡਾਂ ਸੀ 776 ਪੂਰਵ ਇਸਵੀ ਦੇ ਵਿੱਚ ਸ਼ੁਰੂ ਹੋਈਆਂ ਸੀ ਪਹਿਲਾਂ ਦੂਜੀ ਗੱਲ ਸੀ ਕਿ ਵੀ ਇਹ ਸ਼ੁਰੂ ਹੋਈਆਂ ਕਿਦਾਂ ਦੱਸ ਦਿਆ ਕਿ ਸਟੇਡੀਅਮ ਦੇ ਵਿੱਚ ਇੱਕੋ ਹੀ ਦੌੜ ਲੱਗੀ ਸੀ ਤੇ ਖੇਡਾਂ ਇੱਕ ਦਿਨ ਦੇ ਵਿੱਚ ਹੀ ਖਤਮ ਹੋ ਗਈਆਂ ਸੀ ਪਹਿਲੀਆਂ 올림픽ਸ ਲਾਂਗਲੀ ਕ੍ਰੋਮਿਕਸ ਇਸ ਦੌੜ ਨੂੰ ਜਿੱਤਿਆ ਸੀ ਪ੍ਰਥਮ 올림픽 ਚੈਂਪੀਅਨ ਮੰਨਿਆ ਜਾਂਦਾ ਹੈ ਇਹਦੇ ਤੋਂ ਬਾਅਦ ਇਹ ਖੇਡਾਂ ਕਹਿੰਦੇ 5 ਦਿਨ ਹੋਣ ਲੱਗ ਪਈਆਂ ਇਦੇ ਵਿੱਚ ਪੰਜ ਇਵੈਂਟ ਹੋ ਗਏ ਕੁਸ਼ਤੀਆਂ ਤੇ ਰੱਥ ਦੌੜਾਂ ਵੀ ਇਹਦੇ ਵਿੱਚ ਸ਼ਾਮਲ ਕਰ ਲਈਆਂ ਗਈਆਂ ਹਨ ਰੰਨ ਵਾਲੀ ਗੱਲ ਇਹ ਆ ਕਿ ਔਰਤਾਂ ਅੱਜ ਪਾਰਟਿਸਿਪੇਟ ਕਰ ਰਹੀਆਂ ਇਸ 올ਿਮਪਿਕਸ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਮਤਲਬ ਹਿੱਸਾ ਆ ਔਰਤਾਂ ਦਾ ਔਰ ਉਹ ਔਰਤਾਂ ਸਪੇਨ ਦੀ ਇੱਕ ਸਵੀਮਰ ਆ ਜਿਹੜੀ ਪਾਰਟਿਸਿਪੇਟ ਕਰ ਰਹੀ ਆ ਉਹਦੇ 11 ਮਹੀਨੇ ਪਹਿਲਾਂ ਬੱਚਾ ਹੋਇਆ ਮੁੰਡਾ ਕਾਈ ਉਹਦਾ ਨਾਮ ਆ ਉਹਨੇ ਬੇਨਤੀ ਕੀਤੀ ਸੀ ਕਿ ਮੈਂ ਇਹਨੂੰ ਬ੍ਰੈਸਟ ਫੀਡ ਕਰਦੀ ਆ ਇਹਨੂੰ ਮੈਂ ਦੁੱਧ ਚੰਗਾਉਣਾ ਹੁੰਦਾ ਇਹਨੂੰ ਨਾਲ ਲੈ ਜਾਣ ਦੀ ਅਗਿਆ ਦਿੱਤੀ ਆ ਵੀ ਉਹ ਵੀ ਇੱਕ ਮਸਲਾ ਬਣਿਆ ਕਿ ਬੱਚੇ ਨੂੰ ਜਨਮ ਦੇਣ ਦੇ 11 ਮਹੀਨੇ ਬਾਅਦ ਉਹ ਇੱਕ ਦੁਨੀਆ ਦੇ ਸਭ ਤੋਂ ਔਖੇ ਮੁਕਾਬਲੇ ਦੇ ਵਿੱਚ ਹਿੱਸਾ ਲੈ ਰਹੀ ਹੈ ਇਹ ਵੀ ਗੱਲ ਇੱਥੇ ਨਾਲ ਦੱਸਣ ਵਾਲੀ ਆ ਕਿ ਪਹਿਲਾਂ ਔਰਤਾਂ ਨੂੰ 올림픽 ਦੇ ਵਿੱਚ ਪਾਰਟਿਸਿਪੇਟ ਕਰਨਾ ਤਾਂ ਕੀ ਇਹਨਾਂ ਨੂੰ ਦੇਖਣੀ ਵੀ ਮਨਾ ਸੀ ਕੋਈ ਔਰਤ ਜੇਕਰ 올림픽 ਦੇਖ ਲੈਂਦੀ ਸੀ ਤਾਂ ਉਹਨੂੰ ਪਹਾੜੀ ਤੋਂ ਸੁੱਟ ਕੇ ਉੱਥੇ ਜਿਹੜੇ ਨੇੜੇ ਸੀਗੇ ਉਹਨੂੰ ਮਾਰ ਦਿੱਤਾ ਜਾਂਦਾ ਸੀ ਸੋ ਸੋ ਇਹ ਦੱਸਿਆ ਜਾਂਦਾ ਕਿ ਇਹ ਖੇਡਾਂ ਜਿਹੜੀਆਂ 4 ਸਾਲ ਪਿੱਛੋਂ ਜੂਨ ਜੁਲਾਈ ਦੀ ਪੂਰਨ ਮਾਸ਼ੀ ਨੂੰ ਹੁੰਦੀਆਂ ਸੀ ਜਿਹਨੂੰ 올ੰਪੀਅਰਡ ਕਿਹਾ ਜਾਂਦਾ ਸੀ ਇਹਦਾ ਇਤਿਹਾਸ ਇਦਾਂ ਦੱਸਦੀ ਹੈ ਕਿ ਯੂਨਾਨ ਦੇ ਵਿੱਚ ਐਲੈਸ ਰਾਜ ਦੇ ਵਿੱਚ 올ੰਪੀਆ ਨਾਮ ਦਾ ਇੱਕ ਨਗਰ ਸੀ ਉਹਦੇ ਦੱਖਣ ਪੱਛਮ ਵਾਲੇ ਪਾਸੇ ਐਲੈਸਥੀਸੀਅਸ ਨਦੀ ਵਹਿੰਦੀ ਸੀ 올ੰਪੀਆ ਦੀ ਵਾਦੀ ਉਹਨੂੰ ਇੱਕ ਬਹੁਤ ਵਧੀਆ ਖੇਡਾਂ ਬਖਸ਼ਦੀ ਸੀ ਦੂਜੇ ਪਾਸੇ ਕਲੇਡੀਅਸ ਨਦੀ ਸੀਗੀ ਯੂਨਾਨ ਨੇ ਸੰਸਾਰ ਨੂੰ ਬਹੁਤ ਕੁਝ ਦਿੱਤਾ ਫਲਸਫਾ ਦਿੱਤਾ ਰੰਗਮੰਚ ਦਿੱਤਾ ਮਹਾਕਾਵ ਦਿੱਤਾ ਇਹਦੇ ਨਾਲ ਨਾਲ 올ੰਪਿਕ ਖੇਡਾਂ ਵੀ ਦਿੱਤੀਆਂ ਤੇ 올ੰਪਿਕ ਖੇਡਾਂ ਬਾਰੇ ਕਈ ਕਥਾਵਾਂ ਪ੍ਰਚਲਿਤ ਆ ਦੰਤ ਕਥਾਵਾਂ ਅਨੁਸਾਰ ਐਲੈਸ ਰਾਜ ਦਾ ਰਾਜਾ ਸੀ Ôਨੇਮਸ ਉਨੇਕ ਸ਼ਰਤ ਰੱਖੀ ਸੀ ਕਿ ਉਹਦੀ ਧੀ ਜਿਹਦਾ ਨਾਮ ਹਿਪੋਡੇਮੀਆ ਸੀ ਵੀ ਉਸ ਰਾਜਕੁਮਾਰ ਨਾਲ ਵਿਆਹ ਕਰਾਊਗੀ ਜਿਹੜਾ ਰਾਜਕੁਮਾਰ ਰਾਜੇ ਦੇ ਰੱਥ ਦੇ ਬਰਾਬਰ ਨਾ ਆਵੇ ਭਾਵੇਂ ਉਹਨੂੰ ਡਾਈ ਨਾ ਦੇਣ ਦਵੇ ਤੇ ਜੇ ਉਹ ਬਰਾਬਰ ਆ ਗਿਆ ਤੇ ਫਿਰ ਉਹ ਕਹਿੰਦਾ ਸੀ ਮੈਂ ਇਹਨੂੰ ਮਾਰ ਦੇਣਾ ਆਪਣੀ ਕੁੜੀ ਦਾ ਵਿਆਹ ਕਰਨ ਦੇ ਲਈ ਉਹਨੇ ਸ਼ਰਤ ਰੱਖੀ ਸੀ ਤੇ ਫਿਰ ਕਹਿੰਦੇ ਰਾਜਕੁਮਾਰੀ ਨੂੰ ਵਿਆਹਣ ਦੇ ਲਈ ਰਾਜਕੁਮਾਰ ਨੇਤਰ ਦੇ ਗਏ ਰਾਜਕੁਮਾਰੀ ਉਹਨਾਂ ਨੂੰ ਆਪਣੇ ਰੱਥ ਵਿੱਚ ਬਿਠਾ ਕੇ ਢਵਾਉਂਦੇ ਉਹਦਾ ਸ਼ਾਹੀ ਰੱਥ ਦਾ ਰਾਜੇ ਦੇ ਰੱਥ ਦਾ ਪਿੱਛਾ ਕਰਦੇ ਜੇ ਉਹ ਉਹਦੇ ਤੱਕ ਨਹੀਂ ਪਹੁੰਚਦੀ ਸੀ ਤਾਂ ਹੋਨੇਮਸ ਨੇ ਦੱਸ ਦਿਆ 13 ਉਮੀਦਵਾਰ ਨੂੰ ਇਸ ਤਰ੍ਹਾਂ ਮਾਰ ਦਿੱਤਾ ਸੀ ਫਿਰ ਜੀਐਸ ਦਾ ਪੁੱਤਰ ਸੀ ਪੋਲੇਪਸ ਉਹਦੀ ਵਾਰੀ ਆਈ ਉਹਨੇ ਕੀ ਕੀਤਾ ਜਿਹੜਾ ਰਾਜੇ ਦਾ ਰਥ ਸੀ ਕਹਿੰਦੇ ਉਹਦੀ ਧੂਰੀ ਢਿੱਲੀ ਕਰ ਦਿੱਤੀ ਤੇ ਜਦੋਂ ਪੋਲੇਪਸ ਰਾਜਕੁਮਾਰੀ ਨੂੰ ਲੈ ਕੇ ਦੌੜਿਆ ਹੋਨੇਮਸ ਦਾ ਪਿੱਛਾ ਕੀਤਾ ਹੋਨੇਮਸ ਦਾ ਉਹਦਾ ਰਥ ਜਿਹੜਾ ਸੀਗਾ ਸ਼ਾਹੀ ਰਥ ਦਾ ਪਹੀਆ ਨਿਕਲ ਗਿਆ ਉਲਟ ਗਿਆ ਉਹਦੀ ਮੌਤ ਹੋ ਗਈ ਉਹਦੇ ਤੋਂ ਬਾਅਦ ਪੋਲੇਪਸ ਨੂੰ ਨਾ ਸਿਰਫ ਰਾਜਕੁਮਾਰੀ ਮਿਲ ਗਈ ਸਗੋਂ ਜਿਹੜਾ ਐਲਸ ਦਾ ਸਾਰਾ ਰਾਜ ਸੀ ਉਹ ਵੀ ਮਿਲ ਗਿਆ ਤੇ ਰਾਜ ਭਾਗ ਮਿਲਣ ਦੀ ਖੁਸ਼ੀ ਵਿੱਚ ਕਹਿੰਦੇ ਲਪ ਖੇਡਾ ਕਰਾਉਣ ਦਾ ਜਸ਼ਨ ਮਨਾਇਆ ਗਿਆ ਇੱਕ ਇਹ ਵੀ ਕਥਾ ਜ਼ਰੂਰ ਹੈਗੀ ਹੈ ਪ੍ਰਾਂਤ ਅਲੰਪ ਖੇਡਾਂ 776 ਈਸਵੀ ਪੂਰਬ ਤੋਂ ਲੈ ਕੇ 392 ਈਸਵੀ ਪੂਰਬ ਤੱਕ ਹਰ 4 ਸਾਲਾਂ ਬਾਅਦ ਹੁੰਦੀਆਂ ਰਹੀਆਂ ਖੇਡਾਂ ਦੌਰਾਨ ਲੜਾਈਆਂ ਬੰਦ ਰਹਿੰਦੀਆਂ ਸੀ ਫਿਰ ਰੋਮ ਦੇ ਸ਼ਹਿਨशाह ਥੀਓਡਾਸਿਅਸ ਪਹਿਲੇ ਨੇ 393 ਈਸਵੀ ਵਿੱਚ 올ੰਪੀਆ ਦੇ ਜਿਹੜਾ ਉਸ ਨਗਰ ਸੀਗਾ ਉਹਦੇ ਮੰਦਰਾਂ ਤੇ ਜਾਣ ਦੇ ਤੇ ਪਾਬੰਦੀ ਲਾ ਦਿੱਤੀ 426 ਈਸਵੀ ਵਿੱਚ ਥੀਓਡਾਸियस ਦੂਜੇ ਨੇ ਮੰਦਰਾਂ ਨੂੰ ਅੱਗ ਲਾ ਦਿੱਤੀ 200 ਸਾਲਾਂ ਪਿਛੋਂ 올ੰਪੀਆ ਦੀ ਵਾਦੀ ਵਿੱਚ ਦੱਸਦੇ ਆ ਕਿ ਉਸ ਪੂਰੇ ਨਗਰ ਜਿਹਦੇ ਦੋਵੇਂ ਪਾਸੇ ਨਦੀਆਂ ਸੀਆਂ ਬਹੁਤ ਵੱਡਾ ਪਹਹਾੜ ਆਇਆ ਤੇ ਸਾਰੇ ਦਾ ਸਾਰਾ ਸ਼ਹਿਰ ਉਹ ਖੇ ਬਣ ਗਿਆ ਜਿਹੜੀਆਂ ਨਦੀ ਬਹਿਂਦੀ ਸੀ ਕਲੈਡੀਅਸ ਨਦੀ ਤੇ ਐਲਸੀਅਸ ਨਦੀ ਇੱਕ ਦੂਜੇ ਵਿੱਚ ਰਲ ਗਈਆਂ ਤੇ ਉਹ ਨਗਰ ਉਹਦੇ ਵਿੱਚ ਹੀ ਸਮਾ ਗਿਆ ਤੇ 1500 ਸਾਲ 올ੰਪਿਕ ਖੇਡਾਂ ਦੀ ਕੋਈ ਕਿਸੇ ਨੇ ਸਾਰ ਨਹੀਂ ਲਈ ਤੇ ਕੋਈ ਗੱਲਬਾਤ ਨਹੀਂ ਹੋਈ 75 ਤੋਂ ਲੈ ਕੇ 1881 ਈਸਵੀ ਤੱਕ ਦੀ ਖੋਦਾਈ ਦੇ ਵਿੱਚ 올ੰਪੀਆ ਦੇ ਖੰਡਰ ਲੱਭੇ ਗਏ 15 ਨਵੰਬਰ 1892 ਨੂੰ ਫਰਾਂਸ ਦੇ ਸ਼ਹਿਰ ਸੋਰਬਨ ਵਿਖੇ ਪੀਅਰ ਦ ਕੁਰਬਟੇ ਨੇ 올ੰਪਿਕ ਖੇਡਾਂ ਦੀ ਪੁਨਰਸੁਰਜੀਤੀ ਕੀਤੀ ਭਾਸ਼ਣ ਦਿੱਤਾ 1894 ਦੇ ਵਿੱਚ ਪੈਰਿਸ ਦੇ ਵਿੱਚ ਖੇਡ ਪ੍ਰੇਮੀਆਂ ਨੇ ਇੱਕ ਮੰਤਰੀ ਮੀਟਿੰਗ ਛੱਦੀ ਗਈ 12 ਦੇਸ਼ਾਂ ਦੇ 79 ਡੈਲੀਗੇਟ ਪਹੁੰਚੇ ਫਿਰ ਉੱਥੇ ਨਮਾਇਦੇ ਸ਼ਾਮਲ ਹੋਏ ਅੰਤਰਰਾਸ਼ਟਰੀ 올ੰਪਿਕ ਕਮੇਟੀ ਬਣੀ ਪਈ 1900 ਈਸਵੀ ਵਿੱਚ ਪੈਰਿਸ ਵਿਖੇ ਕਰਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਤੇ ਇਹ 올ੰਪਿਕ ਖੇਡਾਂ ਯੂਨਾਨ ਦੇ ਦੌਰੇ ਦੇ ਉੱਤੇ ਗਿਆ ਉੱਥੇ ਇਥਨਸ ਵਾਸੀਆਂ ਦੇ ਨਾਲ 올ੰਪਿਕ ਖੇਡਾਂ ਦੀ ਪੁਨਰਸੁਰਜੀਤੀ ਦੀ ਗੱਲਬਾਤ ਕੀਤੀ ਤੇ 1896 ਦੇ ਵਿੱਚ ਫਿਰ ਐਲਾਨ ਹੋਇਆ ਕਿ ਇਹ ਖੇਡਾਂ ਦੁਬਾਰਾ ਹੋਣਗੀਆਂ 23 ਜੁਲਾਈ ਜਿਹੜਾ 1896 ਨੂੰ ਫਿਰ ਇਹ ਖੇਡਾਂ ਪਹਿਲੀਆਂ ਆਧੁਨਿਕ 올ੰਪਿਕ ਖੇਡਾਂ 1896 ਨੂੰ ਇਥਨਸ ਦੇ ਵਿੱਚ ਹੋਈਆਂ ਸੋ ਹੁਣ 23 ਜੁਲਾਈ ਤੋਂ ਲੈ ਕੇ 8 ਅਗਸਤ ਤੱਕ 32ਵੀਂ 올ੰਪਿਕ ਖੇਡਾਂ ਹੋ ਰਹੀਆਂ ਇਹਦੇ ਵਿੱਚ ਦੁਨੀਆ ਭਰ ਤੋਂ ਜਿਹੜੇ ਪਲੇਅਰ ਨੇ ਐਥਲੀਟ ਨੇ ਲਗਭਗ 200 ਦੇਸ਼ਾਂ ਤੋਂ ਪਹੁੰਚੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਮੀਡੀਆ ਸਾਰੀਆਂ ਗੱਲਾਂ ਬਾਤਾਂ ਨਾਲ 올림픽 ਖੇਡਾਂ ਦੁਆਰੇ ਜੁੜੀਆਂ ਰਹਿਣਗੀਆਂ ਦੋਸਤੋ ਅਗਲੀ ਖਬਰ ਕੋਵਿਡ ਦੇ ਨਾਲ ਸੰਬੰਧਤ ਆ ਕੋਵਿਡ ਵਧਿਆ ਫਿਰ ਘਟਣਾ ਸ਼ੁਰੂ ਹੋ ਗਿਆ ਖੁੱਲ੍ਹਾਂ ਮਿਲਣੀਆਂ ਸ਼ੁਰੂ ਹੋ ਗਈਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੈਨੇਡਾ ਦਾ ਸੂਬਾ ਬ੍ਰਿਟਿਸ਼ ਕੋਲੰਬੀਆ ਇਹਦੇ ਵਿੱਚ ਅੱਜ 112 ਕੇਸ ਆਏ ਆ ਜਿਹੜੇ ਕਿ ਸੋਮਵਾਰ ਨਾਲੋਂ 3 ਗੁਣਾ ਜ਼ਿਆਦਾ ਨੇ ਕੇਸਾਂ ਦੀ ਗਿਣਤੀ ਇੱਕਦਮ ਵਧ ਗਈ ਆ ਇਹਨੇ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਕਿ ਜਿਹੜੀਆਂ ਸਿਕਸ਼ਨ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੱਕ ਦਿੱਤੀਆਂ ਗਈਆਂ ਸੀ ਜੁਲਾਈ 1 ਤੋਂ ਬਾਅਦ ਪ੍ਰੋਵਿੰਸ ਆਪਣੇ ਅਗਲੇ ਸਟੈਪ 3 ਦੇ ਵਿੱਚ ਮੂਵ ਕਰ ਗਿਆ ਸੀ ਅਗਲਾ ਫੇਜ਼ ਜਿਹੜਾ ਰੀਓਪਨਿੰਗ ਦਾ ਸੀਗਾ ਕਿ ਜਿਹਦੇ ਵਿੱਚ ਮਾਸਕ ਤੇ ਫੇਸ ਕਵਰਿੰਗ ਜਿਹੜੀ ਉਹਨੂੰ ਹਟਾ ਦਿੱਤਾ ਗਿਆ ਸੀ ਜਾਂ ਇਦਾਂ ਕਹ ਲਓ ਕਿ ਉਹਨੂੰ ਮੰਡਟਰੀ ਤੋਂ ਰეკਮੈਂਡਡ ਕਰ ਦਿੱਤਾ ਗਿਆ ਸੀ ਕਿ ਤੁਸੀਂ ਇਹਨੂੰ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਦੂਜੀਆਂ ਰੈਸਟ੍ਰਿਕਸ਼ਨ ਵੀ ਚੱਕ ਦਿੱਤੀਆਂ ਸੀ ਕਿੰਨੀ ਗੈਦਰਿੰਗ ਚਾਹੀਦੀ ਹੈ ਇੰਡੋਰ ਚਾਹੀਦੀ ਹੈ ਆਊਟਡੋਰ ਚਾਹੀਦੀ ਹੈ ਉਹਦੇ ਵਿੱਚ ਕੋਈ ਹਿਸਾਬ ਕਿਤਾਬ ਨਹੀਂ ਤੁਸੀਂ ਜਾ ਸਕਦੇ ਹੋ ਕੋਈ ਲੌਂਗ ਟਰਮ ਕੇਅਰ ਹੋਮ ਆ ਉਹਨਾਂ ਦੇ ਵਿੱਚ ਜਾਇਆ ਜਾ ਸਕਦਾ ਜੇ ਤੁਹਾਡੇ ਦੋ ਵੈਕਸੀਨ ਲੱਗੀਆਂ ਆ ਵੈਕਸੀਨ ਲੱਗੀ ਦਾ ਸਬੂਤ ਨਹੀਂ ਚਾਹੀਦਾ ਸੀ ਦੂਜਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਤੰਬਰ 7 ਨੂੰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੇ ਸਟੈਪ ਚੌਥੇ ਦੇ ਵਿੱਚ ਮੂਵ ਕਰ ਜਾਣਾ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਹੁਣ ਪਾਬੰਦੀਆਂ ਹੈਗੀਆਂ ਉਹ ਵੀ ਚੱਕੀਆਂ ਜਾਣੀਆਂ ਆਫਿਸਰ ਦੇ ਵਿੱਚ ਤੁਸੀਂ ਨਾਰਮਲੀ ਕੰਮ ਕਰ ਸਕਦੇ ਆ ਕੋਈ ਵੀ ਇਵੈਂਟ ਕਾਨਸਰ ਸਾਰਾ ਕੁਝ ਜਿਆਂ ਨੂੰ ਤੇ ਭੀੜ ਉੱਥੇ ਪਹੁੰਚੂਗੀ ਤੇ ਹੁਣ ਇਹਦੇ ਤੋਂ ਬਾਅਦ ਅ ਅੱਜ ਸ਼ੁੱਕਰਵਾਰ ਨੂੰ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਇਦਾਂ ਲੱਗਦਾ ਕਿ ਬ੍ਰਿਟਿਸ਼ ਕੋਲੰਬੀਆ ਇਸ ਮਾਮਲੇ ਦੇ ਵਿੱਚ ਥੋੜਾ ਜਿਹਾ ਪਿੱਛੜ ਰਿਹਾ ਬੈਕਵਰਡ ਹੋ ਰਿਹਾ ਪਿਛਲੇ ਦਿਨਾਂ ਵਿੱਚ ਤੁਹਾਨੂੰ ਇਹ ਗੱਲ ਵੀ ਯਾਦ ਹੋਊਗੀ ਕਿ ਸਾਡੇ ਰਾਸ਼ਟਰਪਤੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਐਲਾਨ ਕੀਤਾ ਸੀ ਕਿ ਜਿਹੜੇ ਅਸੀਂ ਅਗਲੀਆਂ ਓਪਨਿੰਗਸ ਕਰਨੀਆਂ ਐ 7 ਸਤੰਬਰ ਨੂੰ ਬਾਕੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਲਈ ਖੋਲ ਦੇਣੇ ਆ ਤੇ ਹੁਣ ਜਿਹੜੇ 9 ਅਗਸਤ ਤੋਂ ਅਮਰੀਕਾ ਦੇ ਲਈ ਖੋਲ ਦਿੱਤੇ ਸੀ ਉਹਦੇ ਨਾਲ ਸ਼ਰਤ ਰੱਖੀ ਸੀ ਕਿ ਜੇਕਰ ਕੇਸਸ ਨਾ ਵਧੇ ਤਾਂ ਸੋ ਹੁਣ ਅੱਜ ਤੱਕ ਇਹ ਕੇਸਸ ਵਧਨੇ ਸ਼ੁਰੂ ਹੋ ਚੁੱਕੇ ਆ ਇਸ ਹਫਤੇ ਦੇ ਵਿੱਚ ਤਿੰਨ ਗੁਣਾ ਕੇਸ ਵਧ ਗਏ ਸਭ ਤੋਂ ਵੱਡਾ ਜੰਪ ਆ 112 ਨਵੇਂ ਕੇਸ ਅੱਜ ਸ਼ੁੱਕਰਵਾਰ ਵਾਲੇ ਦਿਨ ਆਏ ਆ ਜਿਹੜੇ ਤਿੰਨ ਗੁਣਾ ਜ਼ਿਆਦਾ ਨੇ ਦੂਜਾ ਇਹ ਆ ਕਿ ਚਾਰ ਨਵੀਆਂ ਮੌਤਾਂ ਹੋਈਆਂ ਟੋਟਲ 1767 ਮੌਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋ ਚੁੱਕੀਆਂ ਜਦੋਂ ਦੀ ਇਹ ਪੈਂਡੈਮਿਕ ਸ਼ੁਰੂ ਹੋਈ ਹੈ 46 ਲੋਕ ਜਿਹੜੇ ਆ ਉਹ ਹਸਪੀਟਲ 'ਚ ਨੇ ਜਿਨ੍ਹਾਂ ਦੇ ਵਿੱਚੋਂ 17 ਆਈਸੀਯੂ ਦੇ ਵਿੱਚ ਹੈਗੇ ਆ ਜਿਹੜੀ ਹਸਪੀਟਲਾਈਜ਼ੇਸ਼ਨ ਆ ਵਾਇਰਸ ਦੇ ਨਾਲ ਇਹ ਕਾਫੀ ਸਟੇਬਲ ਰਹੀ ਆ ਪਿਛਲੇ ਹਫਤੇ ਦੇ ਵਿੱਚ ਪਰ ਇੰਟੀਰੀਅਰ ਰੀਜਨ ਜਿਹੜਾ ਹੈਗਾ ਆ BC ਦਾ ਉੱਥੇ ਨਵੇਂ ਕੇਸਸ ਬਹੁਤ ਆ ਰਹੇ ਆ 59 ਨਵੇਂ ਕੇਸਸ ਫਰਾਈਡੇ ਨੂੰ ਰਿਪੋਰਟ ਕੀਤੇ ਗਏ ਇਸ ਇੰਟੀਰੀਅਰ ਰੀਜਨ ਦੇ ਬ੍ਰਿਟਿਸ਼ ਕੋਲੰਬੀਆ ਦਾ ਜਿਹੜਾ ਇੰਟੀਰੀਅਰ ਹੈ ਤੇ ਟੋਟਲ 256 ਕੇਸਸ ਇੱਥੇ ਹੋ ਗਏ ਆ ਇਸੇ ਤਰ੍ਹਾਂ ਜਿਹੜਾ ਪਹਿਲੇ ਸੈਮ ਦੇ ਵਿੱਚ ਹੌਟਸਪੌਟ ਰਿਹਾ ਫਰੇਜ਼ਰ ਹੈਲਥ ਰੀਜਨ ਜਿੱਥੇ ਸਭ ਤੋਂ ਜ਼ਿਆਦਾ ਕੇਸਸ ਆਉਂਦੇ ਰਹੇ ਉਹਦੇ ਵਿੱਚ 30 ਨਵੇਂ ਕੇਸ ਆਏ ਆ ਤੇ ਟੋਟਲ ਜਿਹੜਾ ਐਕਟਿਵ ਕੇਸਸ ਦਾ ਹੁਣ 199 ਹੋ ਗਿਆ ਤੇ ਵੈਂਕੂਵਰ ਕੋਸਟਲ ਹੈਲਥ ਦੇ ਵਿੱਚ 15 ਨਵੇਂ ਕੇਸਸ ਆਏ ਆ ਪੰਜ ਆਇਲੈਂਡ ਹੈਲਥ ਦੇ ਉੱਤੇ ਆਏ ਆ ਤੇ ਤਿੰਨ ਜਿਹੜੇ ਆਹੋ ਨਾਰਥਰਨ ਹੈਲਥ ਰੀਜਨ ਦੇ ਵਿੱਚ ਆਏ ਦੋ ਐਕਟਿਵ ਆਊਟ ਬ੍ਰੇਕਸ ਹੋਈਆਂ BC ਕੇਅਰ ਸੈਂਟਰਲ ਲੋਰਲ ਪਲੇਸ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਤੇ ਦੂਜੀ ਜਿਹੜੀ ਹੈਗੀ ਆ ਇੱਕ ਕੇਅਰ ਹੋਮ ਦੇ ਵਿੱਚ ਸੋ ਇਥੇ ਇਹ ਵੀ ਗੱਲ ਸਪਸ਼ਟ ਕਰ ਦੇਣੀ ਚਾਹੀਦੀ ਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 80% ਤੋਂ ਜ਼ਿਆਦਾ ਐਲੀਜੀਬਲ ਬ੍ਰਿਟਿਸ਼ ਕੋਲੰਬੀਅਨ ਜਿਹੜਾਂ ਦੀ ਉਮਰ 12 ਸਾਲ ਤੋਂ ਉੱਪਰ ਆ ਉਹਨਾਂ ਨੂੰ ਘੱਟੋ-ਘੱਟ ਇੱਕ ਡੋਜ਼ ਵੈਕਸੀਨ ਦੀ ਲੱਗ ਚੁੱਕੀ ਆ 80% ਤੋਂ ਜ਼ਿਆਦਾ ਤੇ ਦੂਜੇ ਪਾਸੇ ਜਿਹੜੇ ਦੋ ਡੋਜ਼ਸ ਵਾਲੇ ਨੇ ਉਹ ਵੀ 58% ਫੁਲੀ ਵੈਕਸੀਨੇਟਡ ਹੋ ਚੁੱਕੇ ਆ ਹੈਲਥ ਮਿਨਿਸਟਰ ਇੰਡਰੀਅਨ ਡੈਕਸ ਨੇ ਇਹ ਗੱਲ ਕਹੀ ਆ ਕਿ 78% ਜਿਹੜੇ ਨਵੇਂ ਕੇਸ ਆਏ ਆ 15 ਜੂਨ ਤੋਂ 15 ਜੁਲਾਈ ਦੇ ਵਿੱਚ ਵਿੱਚ ਜੇਕਰ ਇੱਕ ਮਹੀਨੇ ਦਾ ਸਮਾਂ ਦੇਖਿਆ ਜਾਵੇ ਤਾਂ ਇਹ ਅਨ ਵੈਕਸੀਨੇਟਡ ਲੋਕਾਂ ਦੇ ਵਿੱਚ ਜਿਹੜਾ ਨੇ ਵੈਕਸੀਨ ਨਹੀਂ ਲਵਾਈ ਸੋ ਕੇਸ ਵਧ ਰਿਹਾ ਐ ਏਡਾ ਵੱਡਾ ਖਤਰਾ ਤਾਂ ਨਹੀਂ ਆ ਇਹ ਕਿਉਂਕਿ ਜੇ ਹੁਣ 80% ਨੇ ਲਵਾਈ ਆ ਉਹਨਾਂ ਦੇ ਵਿੱਚ ਬਚਾਅ ਹੋ ਗਿਆ ਤਾਂ 20% ਦੇ ਵਿੱਚ ਜੇ ਹੋ ਵੀ ਜਾਂਦੇ ਆ ਤਾਂ ਉਹ ਇੰਨਾ ਜ਼ਿਆਦਾ ਆਊਟ ਬ੍ਰੇਕ ਨਹੀਂ ਹੋਊਗੀ ਜਿੰਦਾ ਪਿਛਲੇ ਸਮੇਂ ਦੇ ਵਿੱਚ ਹੋਈ ਹੈ ਹੁਣ ਜੇ ਇਹ ਡਾਟਾ ਦੇਖਦੇ ਆ ਕਿ 80% ਉਹ ਲੋਕਾਂ ਦੇ ਵਿੱਚ ਕੇਸ ਹੋ ਜਿਹਨਾਂ ਨੇ ਵੈਕਸੀਨ ਲਵਾਈ ਹੀ ਨਹੀਂ 18% ਉਹਨਾਂ ਲੋਕਾਂ ਨੂੰ ਵੀ ਕੋਵਿਡ ਦੁਬਾਰਾ ਹੋ ਗਿਆ ਜਿਨ੍ਹਾਂ ਨੇ ਇੱਕ ਡੋਜ਼ ਲਵਾਈ ਸੀ ਤੇ 4% ਉਹਨਾਂ ਨੂੰ ਵੀ ਕੋਵਿਡ ਹੋ ਗਿਆ ਜਿਨ੍ਹਾਂ ਨੇ ਦੋਵੇਂ ਡੋਜ਼ ਲਵਾਈਆਂ ਸੀ ਹੋਣ ਦਾ ਹੋ ਕਿਸੇ ਨੂੰ ਵੀ ਸਕਦਾ ਪਰ ਪ੍ਰੋਬੈਬਿਲਟੀ ਬਹੁਤ ਘੱਟ ਆ ਉਹਦੀ ਜਿਹੜੀ ਉਹਦੀ ਉਹਦੀ ਪ੍ਰੋਬੈਬਿਲਟੀ ਬਹੁਤ ਘੱਟ ਆ ਇਸ ਕਰਕੇ ਬੀਸੀ ਸੰਟਰ ਫੋਰ ਡੀਜ਼ ਕੰਟਰੋਲ ਨੇ ਇਹ ਗੱਲ ਕਹੀ ਆ ਕਿ ਅਸੀਂ ਇਸ ਗੱਲ ਦਾ ਖਿਆਲ ਰੱਖ ਲਿਆ ਔਰ ਜਿਹੜੀਆਂ ਫਲਾਈਟਸ ਨੇ ਖਾਸ ਕਰਕੇ 33 ਨਵੀਆਂ ਫਲਾਈਟਸ ਇਹਦੇ ਵਿੱਚ ਹੋਰ ਐਡ ਕੀਤੀਆਂ ਗਈਆਂ ਜਿਹਦੇ ਵਿੱਚ ਕੋਵਿਡ-19 ਐਕਸਪੋਜ਼ਰ ਹੋਇਆ ਪਿਛਲੇ ਐਤਵਾਰ ਤੋਂ ਲੈ ਕੇ ਜਿਹੜੀ ਬੀਸੀਸੀ ਡੀਸੀ ਆ ਉਹ ਉਹਨਾਂ ਨੇ 8 ਫਲਾਈਟਾਂ ਇਸ ਐਕਸਪੋਜ਼ਰ ਦੇ ਵਿੱਚ ਇਸ ਐਕਸਪੋਜ਼ਰ ਲਿਸਟ ਦੇ ਵਿੱਚ ਸੋਮਵਾਰ ਨੂੰ ਐਡ ਕੀਤੀਆਂ 6 ਮੰਗਲਵਾਰ ਨੂੰ 8 ਬੁੱਧਵਾਰ ਨੂੰ ਤੇ 11 ਵੀਰਵਾਰ ਨੂੰ ਸੋ ਨਵੀਂ ਜਿਹੜੀ ਐਡੀਸ਼ਨ ਹੋਈ ਆ ਇਸ ਵੀਕ ਦੇ ਵਿੱਚ ਇਹ ਜਿਹੜੀਆਂ ਇੱਥੇ ਜਾਂ ਲੈਂਡ ਕੀਤੀਆਂ ਫਲਾਈਟਸ ਜਾਂ ਗਈਆਂ ਜਿਨ੍ਹਾਂ ਦੇ ਵਿੱਚ ਜ਼ਿਆਦਾ ਇਹ ਆਊਟ ਬ੍ਰੇਕ ਹੋਈ ਹੈ ਉਹਨਾਂ ਦੀ ਵੈਬਸਾਈਟ ਤੋਂ ਜਾ ਕੇ ਜ਼ਿਆਦਾ ਡਿਟੇਲ ਦੇਖੀ ਜਾ ਸਕਦੀ ਹੈ ਕਿ ਕਿਹੜੀ ਰੋ ਦੇ ਵਿੱਚ ਹੋਈਆਂ ਤੇ ਕਿਹਨੂੰ ਸਭ ਤੋਂ ਵੱਧ ਖਤਰਾ ਹੈ ਸੋ ਇਹ ਜਿਹੜੀਆਂ ਫਲਾਈਟ ਜਿਹੜੀਆਂ 33 ਫਲਾਈਟਾਂ ਇਹ ਐਡ ਕੀਤੀਆਂ ਐ ਐਕਸਪੋਜ਼ਰ ਦੀਆਂ ਇਹਨਾਂ ਦੇ ਵਿੱਚ ਉਹ 12 ਜਿਹੜੀਆਂ ਸੀਗੀਆਂ ਇੰਟਰਨੈਸ਼ਨਲ ਸੀਗੀਆਂ ਤੇ ਬਾਕੀ ਡੋਮੈਸਟਿਕ ਸੀਗੀਆਂ ਸੋ ਇਹ ਕੋਰੋਨਾ ਵਾਇਰਸ ਕੇਸਸ ਦੀ ਉਹਨਾਂ ਦੀ ਆਨ ਬੋਰਡ ਜਿਹੜੀ ਰੋ ਕਿਹੜੀ ਆ ਉਹਦੀ ਤੁਸੀਂ ਉਹਦੇ ਉੱਤੇ ਜਾ ਕੇ BCCDC ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਸੋ ਹੁਣ ਇੱਕ ਹੋਰ ਗੱਲ ਇਸ ਮਾਮਲੇ ਦੇ ਵਿੱਚ ਸਾਹਮਣੇ ਆਈ ਆ ਕਿ ਜਿਹੜਾ VVR ਆ ਜਦੋਂ ਕੋਈ ਲੋਕ VVR ਵੈਂਕੂਵਰ 에ਰਪੋਰਟ ਜਦੋਂ ਲੋਕ ਕੈਨੇਡਾ ਦੇ ਵਿੱਚ ਆਉਣ ਲਈ ਵੈਂਕੂਵਰ 에ਰਪੋਰਟ ਦੇ ਉੱਤੇ ਉਤਰ ਰਹੇ ਆ ਤਾਂ ਉਹਨਾਂ ਦੀਆਂ ਦੋ ਸਪਸ਼ਟ ਲਾਈਨਾਂ ਬਣੀਆਂ ਆ ਉੱਥੇ ਇੱਕ ਸੈਪਰੇਟਿਡ ਲੇਨਸ ਨੇ ਜਿਹਦਾ ਮਤਲਬ ਇਹ ਆ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਲਵਾਈ ਆ ਜਿਹੜੇ ਪੈਸੇਂਜਰਸ ਨੇ ਉਹ ਇੱਕ ਲੇਨ ਦੇ ਵਿੱਚ ਨੇ ਜਿਹਨੇ ਨਹੀਂ ਲਵਾਈ ਉਹ ਦੂਜੀ ਲੇਨ ਦੇ ਵਿੱਚ ਨੇ ਇਹਦਾ ਕਾਰਨ ਹੀ ਦੱਸਿਆ ਜਾ ਰਿਹਾ 에ਰਪੋਰਟ ਦੇ ਅਧਿਕਾਰੀ ਦੱਸ ਰਹੇ ਕਿ ਸਾਡੇ ਲਈ ਹੁਣ ਡੀਲ ਕਰਨਾ ਸੌਖਾ ਆ ਕਿਉਂਕਿ ਜਿਹੜੇ ਵੈਕਸੀਨ ਲਵਾ ਕੇ ਆ ਰਹੇ ਉਹਨਾਂ ਨੂੰ ਹੋਰ ਤਰੀਕੇ ਨਾਲ ਡੀਲ ਕੀਤਾ ਜਾਣਾ ਉਹਨਾਂ ਨੂੰ ਕੁਆਰੰਟਾਈਨ ਦੀ ਲੋੜ ਨਹੀਂ ਜਾਂ ਹੋਰ ਸਾਰਾ ਕੁਝ ਵੱਖਰਾ ਹੈ ਦੂਜਿਆਂ ਨੂੰ ਹੋਰ ਤਰੀਕੇ ਨਾਲ ਡੀਲ ਕੀਤਾ ਜਾਣਾ ਹਾਲਾਂਕਿ ਇਨਫੋਰਮੇਸ਼ਨ ਦੋਵਾਂ ਨੂੰ ਹੀ ਜਿਹੜੀ ਉਹਦੇ ਐਪਲੀਕੇਸ਼ਨ ਦੇ ਉੱਤੇ ਐਪ ਦੇ ਉੱਤੇ ਪਾਉਣੀ ਪੈਣੀ ਆ ਸੋ ਇਸ ਗੱਲ ਦਾ ਪਹਿਲਾਂ ਪਹਿਲਾਂ ਵਿਰੋਧ ਵੀ ਹੋਇਆ ਸੀ ਕਿ ਵੈਕਸੀਨ ਦੇ ਨਾਂ ਦੇ ਉੱਤੇ ਲੋਕਾਂ ਦੇ ਵਿੱਚ ਫਰਕ ਨਹੀਂ ਕੀਤਾ ਜਾਣਾ ਚਾਹੀਦਾ ਕਿਸੇ ਦੀ ਨਹੀਂ ਮਰਜ਼ੀ ਉਹਦਾ ਅਧਿਕਾਰ ਆ ਉਹ ਨਾਂ ਲਵਾਵੇ ਤਾਂ ਮਤਲਬ ਉਹ ਨਹੀਂ ਕਿ ਉਹਨਾਂ ਸਹੂਲਤ ਨਹੀਂ ਦੇਣੀ ਤੇ ਜਿਹਨੇ ਲਵਾਈ ਆ ਉਹਨੂੰ ਜ਼ਿਆਦਾ ਸਹੂਲਤ ਦੇ ਦੇਣੀ ਪਰ ਅਸਲ ਦੇ ਵਿੱਚ ਹੋ ਉਸੇ ਤਰ੍ਹਾਂ ਰਿਹਾ ਤੇ ਡਾਟਾ ਵੀ ਇਹੀ ਦੱਸ ਰਿਹਾ ਕਿ ਜਿਹਨਾਂ ਲੋਕਾਂ ਨੇ ਵੈਕਸੀਨ ਲਵਾਈ ਆ ਉਹ ਜ਼ਿਆਦਾ ਬਚਾਅ ਦੇ ਵਿੱਚ ਨੇ ਉਹ ਜ਼ਿਆਦਾ ਠੀਕ ਠਾਕ ਨੇ ਇਹ ਹੁਣ ਮਾਮਲਾ ਇਕੱਲੇ ਬ੍ਰਿਟਿਸ਼ ਕੋਲੰਬੀਆ ਦਾ ਨਹੀਂ ਆ ਬਾਕੀ ਥਾਵਾਂ ਦੇ ਉੱਤੇ ਵੀ ਦੇਖ ਲਓ ਬ੍ਰਿਟਨ ਦੇ ਵਿੱਚ ਜਿਹੜੇ ਉੱਥੋਂ ਦੇ ਸਾਇੰਟਿਸਟ ਨੇ ਉਹਨਾਂ ਨੇ ਫੇਰ ਅਨਲੌਕ ਕਰਨ ਦੇ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਚੇਤਾਵਨੀ ਦਿੱਤੀ ਹੈ ਜਿਹੜੀ ਸਾਇੰਟੀਫਿਕ ਐਡਵਾਈਜ਼ਰੀ ਗਰੁੱਪ ਫਾਰ ਐਮਰਜੈਂਸੀਜ਼ ਆ ਉਹਨਾਂ ਨੇ ਕਿਹਾ ਕਿ 8 ਤੋਂ 14 ਜੁਲਾਈ ਦੇ ਵਿੱਚ ਹਸਪਤਾਲਾਂ ਦੇ ਵਿੱਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 'ਚ 38% ਵਾਧਾ ਹੋਇਆ ਤੇ ਸਥਿਤੀ ਇਦਾਂ ਹੀ ਰਹੇ ਤਾਂ ਅਗਸਤ ਦੇ ਵਿੱਚ ਉਹ ਕਹਿੰਦੇ ਫੇਰ ਲੌਕਡਾਊਨ ਲਾਉਣਾ ਪਊਗਾ ਇਹ ਉੱਥੋਂ ਦੇ ਵਿਗਿਆਨੀਆਂ ਨੇ ਚੇਤਾਵਨੀ ਪ੍ਰਧਾਨ ਮੰਤਰੀ ਨੂੰ ਦੇ ਦਿੱਤੀ ਹੈ ਕਿ ਮਾਸਕ ਜਿਹੜੇ ਆ ਇਹ ਸਾਰੇ ਦੁਬਾਰਾ ਲਾਉਣੇ ਪੈ ਸਕਦੇ ਆ ਸੋ ਇਸ ਇਸ ਰਫਤਾਰ ਤੋਂ ਇੱਕ ਡਰ ਲੱਗ ਰਿਹਾ ਔਰ ਦੂਜੀ ਗੱਲ ਆ ਕਿ ਜਿਹੜੇ ਬ੍ਰਿਟਨ ਦੇ ਵਿੱਚ 7 ਦਿਨਾਂ ਦੇ ਵਿੱਚ 41% ਕਰੋਨਾ ਮਰੀਜ਼ ਵਧ ਗਏ ਅਮਰੀਕਾ ਦੇ ਵਿੱਚ ਇਹ ਅੰਕੜਾ 52% ਤੇ ਚਲੇ ਆ ਗਿਆ ਫਰਾਂਸ ਦੇ ਵਿੱਚ ਇਹ ਅੰਕੜਾ 129% ਤੇ ਚਲੇ ਗਿਆ ਇੰਡੋਨੇਸ਼ੀਆ ਦੇ ਵਿੱਚ 24% ਕੋਵਿਡ ਦੇ ਮਰੀਜ਼ਾਂ ਵਿੱਚ ਵਾਧਾ ਹੋ ਗਿਆ ਇਟਲੀ ਦੇ ਵਿੱਚ 7 ਦਿਨਾਂ ਦੇ ਵਿੱਚ 116% ਵਾਧਾ ਹੋਇਆ ਜਰਮਨੀ ਦੇ ਵਿੱਚ 68% ਕਰੋਨਾ ਮਰੀਜ਼ ਵਧ ਗਏ ਸੋ ਇਜ਼ਰਾਈਲ ਦੇ ਵਿੱਚ ਇਹੀ ਅੰਕੜਾ ਜਿਹੜਾ 90% ਦੇ ਉੱਤੇ ਪਹੁੰਚ ਗਿਆ ਸੋ ਜਿਸ ਜਿਸ ਤਰ੍ਹਾਂ ਇਹ ਕੋਵਿਡ ਦੇ ਕੇਸਸ ਵਧ ਰਹੇ ਆ ਕਿਉਂਕਿ ਵਿਸ਼ਵ ਦੇ ਬਾਕੀ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਤੇ ਅੱਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਇਹ ਖਬਰ ਆਈ ਹੈ ਕਿ 112 ਕੇਸ ਵਧ ਗਏ ਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਰੁਕੇ ਤਾਂ ਜਿਹੜਾ ਮਾਮਲਾ ਆ ਉਹ ਪੇਸ਼ਾ ਨੂੰ ਜਾ ਸਕਦਾ ਪਰ ਜਿਹੜੀ ਗੱਲ ਸਾਨੂੰ ਆਸਬੰਦ ਕਰਦੀ ਆ ਜਿਹੜੀ ਗੱਲ ਇਸ ਗੱਲ ਤੋਂ ਇਸ ਡਰ ਤੋਂ ਬਚਾਉਂਦੀ ਉਹ ਇਹੀ ਆ ਕਿ 80% ਲੋਕਾਂ ਦੇ ਵੈਕਸੀਨ ਲੱਗ ਚੁੱਕੀ ਆ ਉਹਨਾਂ ਨੂੰ ਕੁਝ ਨਹੀਂ ਹੋਣਾ ਬਹੁਤ ਘੱਟ ਖਤਰਾ ਹੈ ਜੇ ਬਿਮਾਰ ਹੋ ਵੀ ਗਏ ਹੋਰਾਂ ਨੂੰ ਕੋਵਿਡ ਹੋ ਗਈ ਗਿਆ ਤਾਂ ਹਸਪਤਲ ਜਾਣ ਦੀ ਲੋੜ ਨਹੀਂ ਪੈਣੀ ਇਸ ਕਰਕੇ ਲੱਗਦਾ ਕਿ ਹੁਣ ਹਾਲਾਤ ਵਿਗੜਦੇ ਨਹੀਂ ਸੁਧਰਨਗੇ ਦੋਸਤੋ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਡਾਕਟਰ ਪਾਰਕਰ ਸਿੰਘ ਪੋਰਜੀ ਜੀ ਨਾਲ ਖਾਸ ਗੱਲਬਾਤ ਕਰਨੀ ਆ ਹਾਰਟ ਅਟੈਕ ਬਾਰੇ ਸਾਡੇ ਦਿਲ ਦੇ ਰੋਗਾਂ ਸੰਬੰਧੀ ਬਹੁਤ ਹੀ ਕੰਮ ਦੀਆਂ ਗੱਲਾਂ ਉਹਨਾਂ ਦੇ ਨਾਲ ਅਸੀਂ ਕਰਨੀਆਂ ਜ਼ਰੂਰ ਦੇਖਿਓ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ